ആകെ നീ വരിക. ഗിവ് മീ ദി ബാറ്റ്. ഓഹോ ਹੈਲੋ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਕੈਂਟ ਹੋਵੋਗੇ. ਸੋ ਇਹ ਵਾਲੀ ਇੰਟਰੋ ਮੈਂ ਬਹੁਤ ਦੇਰ ਬਾਅਦ ਬੋਲ ਰਿਹਾ ਕਿਉਂਕਿ ਇਹ ਇੰਟਰੋ ਮੈਨੂੰ ਨਾ ਦੀਪ ਤੰਗ ਕਰਦਾ ਹੁੰਦਾ. ਦੀਪ ਹਰਮਨ ਹੈ ਨਾ, ਮੈਂ ਛੇੜਦਾ ਹੁੰਦਾ ਹੈਲੋ ਬੇ ਵੀਰ ਕਹਿੰਦਾ ਹੁੰਦਾ ਭਾਈ ਫੋਨ ਫੜ ਕੇ, ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ, ਆਈ ਹੋਪ ਤੁਸੀਂ ਸਾਰੇ ਕੈਂਟ. ਮੈਂ ਵੀ ਕੈਂਟ ਹਾਂ. ਅਤੇ ਹੁਣ ਉਹਦੀ ਮੈਂ ਇੰਟਰੋ ਵੇਖੀ ਪਰ ਉਹਦੇ ਕੋਲ ਵੀ ਚੰਗੀ ਤਰ੍ਹਾਂ ਨਹੀਂ ਬੋਲਿਆ ਜਾਂਦਾ ਹੈ ਨਾ. ਸੋ ਥੋੜ੍ਹਾ ਜਿਹਾ ਮਤਲਬ ਕਿ ਬੰਦੇ ਨੂੰ ਝਾਕਾ ਹੁੰਦਾ ਹੈ, ਕੌਨਫੀਡੈਂਸ ਵੀ ਬਣਦਾ ਛੇਤੀ ਕਰਕੇ. ਪਰ ਹੁਣ ਥੋੜ੍ਹਾ ਬਹੁਤ ਮਤਲਬ ਕਿ ਮੇਰਾ ਬਣ ਗਿਆ ਫੋਨ ਕੈਮਰੇ ਦੇ ਸਾਹਮਣੇ ਬੋਲਣ ਦਾ. ਅਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਫੋਨ ਕਵਰ ਵਾਸਤੇ. ਮਤਲਬ ਕਈ ਫੋਨ ਆਪਣੇ ਬਿਨਾਂ ਕਵਰ ਤੋਂ ਰੱਖਦੇ, ਜਿਵੇਂ ਮੈਂ ਵੀ ਰੱਖਦਾ ਨਾ ਸ਼ੌਂਕੀ, ਮਤਲਬ ਕਿ ਪਰ ਮੈਨੂੰ ਹੁੰਦਾ ਕਿ ਡਿੱਗ ਨਾ ਜਾਵੇ. ਸੋ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਮੈਨੂੰ ਭੇਜੀ ਹੈ ਰੈਪ ਕਾਰਟ ਕੰਪਨੀ ਨੇ, ਇੰਸਟਾਗ੍ਰਾਮ 'ਤੇ ਪੇਜ ਆ. ਸੋ ਉਹਨਾਂ ਨੇ ਸਕਿੰਨ ਭੇਜੀ ਫੋਨ ਦੀ ਸਕਿੰਨ, ਮਤਲਬ ਕਿ ਇਹਦੇ ਪਿੱਛੇ ਤੁਹਾਨੂੰ ਲੈਮੀਨੇਸ਼ਨ ਕਰਾਉਣ ਦੀ ਲੋੜ ਨਹੀਂ ਪਏਗੀ, ਗਾਰਡ ਲਾਉਣ ਦੀ ਜ਼ਰੂਰਤ ਪਏਗੀ ਪਰ ਫੋਨ ਕਵਰ ਪਾਉਣ ਦੀ ਲੋੜ ਨਹੀਂ ਪਏਗੀ. ਸੋ ਸਕਿੰਨ ਬਹੁਤ ਹੀ ਜ਼ਿਆਦਾ ਅਟਰੈਕਟਿਵ ਹੈਗੀ ਆ ਉਹਨਾਂ ਕੋਲ. ਇੱਕ ਜਿਵੇਂ ਇਹ ਆ ਆਊਲ, ਇਹਨੂੰ ਇਲੂਮੀਨਾਟੀ, ਹਰਸ਼ ਕਹਿੰਦੇ ਇਲੂਮੀਨਾਟੀ ਪਰ ਆਊਲ ਹੈ, ਅੱਖ ਵੀ ਬਣੀ ਵਿੱਚ ਅੱਖ, ਪਰ ਮੈਨੂੰ ਆਹ ਜ਼ਰਾ ਪਸੰਦ ਨਹੀਂ ਆਇਆ ਹੈ ਨਾ. ਠੀਕ ਹੈ. ਅਤੇ ਸੈਕਿੰਡ ਵਨ ਆਹ ਜ਼ਿਆਦਾ ਘੈਂਟ ਲੱਗਾ ਹੈ ਨਾ ਬਈ. ਸੋ ਇਹਨੂੰ ਤੁਹਾਨੂੰ ਪੇਸਟ ਕਰਕੇ ਦਿਖਾਵਾਂਗੇ ਹੁਣ ਆਪਣੇ ਫੋਨ ਦੇ ਉੱਤੇ ਕਿਵੇਂ ਦਾ ਲੱਗਦਾ ਹੈ ਨਾ ਮੈਂ ਵੀ. ਸੋ ਸਭ ਤੋਂ ਪਹਿਲਾਂ ਸਾਨੂੰ ਕਰਨਾ ਪੈਣਾ ਵਾਈਪਸ ਨਾਲ ਸਾਫ਼ ਕਰਨਾ ਪੈਣਾ ਫੋਨ ਬੈਕ ਕਵਰ. ਸੋ ਫਾਈਨਲੀ ਬਹੁਤ ਮਿਹਨਤ ਕਰਨ ਤੋਂ ਬਾਅਦ ਕਵਰ ਲੱਗ ਗਿਆ ਹੋਇਆ. ਹਾਂ ਦੇਖੋ, ਕਵਰ ਨਹੀਂ ਇਹਨੂੰ ਸਕਿੰਨ ਕਹਿ ਸਕਦੇ ਹਾਂ ਨਾ, ਸਕਿੰਨ ਨਹੀਂ ਹੁੰਦੀ ਇਹ ਕਿ ਜਿਵੇਂ ਲੈਮੀਨੇਸ਼ਨ ਵਾਂਗੂ. ਬਈ ਸਹੀ ਲੱਗਣ ਦਿਆ, ਬਹੁਤ ਵਧੀਆ. ਹਰਮਨ ਜਸ ਕਿਹਾ ਜਾ, ਵਟਸ ਔਨ ਯੂਅਰ ਮਾਈਂਡ? ਯਾਦ ਆਏ ਵਟਸ ਔਨ ਯੂਅਰ ਮਾਈਂਡ ਭਾਈ, ਯਾਦ ਆਏ ਕੁਛ ਕੀ ਭਲਾ? ਵਟਸ ਔਨ ਯੂਅਰ ਮਾਈਂਡ, ਯਾਰ ਫੇਸਬੁੱਕ ਤੇ ਕੈਪਸ਼ਨ ਦੇ ਵਿੱਚ ਜਿਹੜੇ ਸਟੇਟਸ ਪਾਏ ਉੱਥੇ ਲਿਖਿਆ ਹੁੰਦਾ ਸੀ ਵਟਸ ਔਨ ਯੂਅਰ ਮਾਈਂਡ ਲਿਖਿਆ ਹੁੰਦਾ ਸੀ ਨਾ. ਸੋ ਫੇਸਬੁੱਕ ਹੁਣ ਘੱਟ ਚਲਾਉਂਦੇ, ਮੈਂ ਵੀ ਬਹੁਤ ਘੱਟ ਚਲਾਉਂਦਾ ਪਰ ਥੋੜ੍ਹੀ ਯਾਦ ਤਾਜ਼ਾ ਹੋ ਗਈ ਨਾ. ਅਤੇ ਜੇ ਕਿਸੇ ਨੇ ਬਾਏ ਕਰਨੀ ਆ ਨਾ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਿੰਦਾ, ਅਤੇ ਜਾ ਕੇ ਸਕਿੰਨ ਬਾਏ ਕਰ ਸਕਦੇ ਹੋ. ਐਂਡ ਅਨਦਰ ਵਨ, ਇਹ ਮੈਂ ਅਗਲੀ ਵਾਰ ਹੈ ਨਾ ਕਿ ਅਗਲੀ ਵਾਰ ਚੁੱਕਾਂ ਜਦੋਂ ਇਹ ਖਰਾਬ ਹੋ ਜਾਊਗਾ, ਪਰ ਮੈਨੂੰ ਲੱਗਦਾ ਨਹੀਂ ਛੇਤੀ ਖਰਾਬ ਹੋਊਗਾ. ਸੋ ਉਹਨਾਂ ਦੀ ਆਈਡੀ ਹੈਗੀ ਰੈਪ ਕਾਰਟ, ਤੁਸੀਂ ਦੇਖ ਸਕਦੇ. ਸੋ ਜਾਓ, ਡਿਸਕ੍ਰਿਪਸ਼ਨ ਵਿੱਚ ਲਿੰਕ ਆ, ਅਤੇ ਬਾਏ ਕਰੋ ਘੈਂਟ ਘੈਂਟ ਸਕਿੰਨ ਫੋਨ ਦੀਆਂ. ਅਤੇ ਹੁਣ ਹੀ ਆ ਗਿਆ ਡੀਕੈਥਲੋਨ ਸ਼ੂਟ. ਸੋ ਥੋੜ੍ਹੀ ਜਿਹੀ ਧੁੱਪ ਘਟੀ ਅੱਗੇ ਨਾਲੋਂ, ਪਰ ਫਿਰ ਵੀ ਧੁੱਪ ਉਹ ਦੇਖੋ ਬਹੁਤ ਜ਼ਿਆਦਾ ਵਾ. ਅਤੇ ਹੁਣ ਅਸੀਂ ਖੇਡਾਂਗੇ ਸਭ ਤੋਂ ਪਹਿਲਾਂ ਕ੍ਰਿਕਟ. ਰੁਸਣ ਵਾਲੀ ਜਿੰਸ ਨੀ ਹੈਗੀ ਭਾਜੀ, ਕੀ ਕੰਪਨੀ ਕੀ ਨਾਮ ਆ ਦੇਖੀ? ਸੋ ਬੈਟ ਆਇਆ ਕਿ ਸਪੌਂਸਰ ਐਲ ਅੱਗੇ ਰੁਕ ਰੁਕ ਕਾਗਜ ਆਈ ਆਵੇ ਐਲ ਏਵਰ ਕੰਪਨੀ ਦਾ. ਤੇ ਹੁਣ ਇਹਨਾਂ ਨਾਲ ਖੇਡਾਂਗੇ ਤੇ ਤੁਹਾਨੂੰ ਇਹਦੇ ਖਾਸ ਖਾਸ ਮਤਲਬ ਖਾਸ ਗੱਲਾਂ ਦੱਸਦੇ ਬੈਠ ਗਈਆਂ. ਮੈਨੂੰ ਜ਼ਿਆਦਾ ਮਤਲਬ ਕਿ ਨੌਲੇਜ ਨਹੀਂ ਹੈਗੀ ਕ੍ਰਿਕਟ ਬਾਰੇ, ਹਰਸ਼ ਨੂੰ ਹੈਗੀ ਆ ਤੇ ਜਸ ਨੂੰ ਹੈਗੀ ਆ, ਜੋਵਨ ਭਾਈ ਨੂੰ ਵੀ ਹੈਗੀ ਆ. ਸੋ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕ੍ਰਿਕਟ ਖੇਡਾਂਗੇ. ਹੁਣ ਵਾਰੀ ਵਾਰੀ ਖੇਡ ਲੱਗੇ, ਚੱਲ ਚੱਲ ਵਾਰੀ ਆ ਪਹਿਲੀ ਭਾਈ ਬੋਲਿੰਗ ਮੈਨੂੰ ਕਰਵਾਉਂਦਾ ਹਰਮਨ ਵਾਲੀ. ਸੋ ਮੈਚ ਸਟਾਰਟ ਹੋਣ ਜਾ ਰਿਹਾ, ਹਰਮਨ ਦੀ ਪਹਿਲੀ, ਹਰਸ਼ ਦੀ ਦੂਜੀ, ਤੀਜੀ ਮੇਰੀ, ਚੌਥੀ ਉਹਦੀ ਜਸ ਦੀ, ਪੰਜਵੀਂ ਪਿੱਛੋਂ ਪਹਿਲੀ, ਪੰਜਵੀਂ ਪਿੱਛੋਂ ਪਹਿਲੀ. ਯਾ ਜਾਂ ਅੱਗਿਓ ਪਹਿਲੇ ਜਾਂ ਪਿੱਛੋਂ ਪਹਿਲੀ. ਚਲੋ ਮੈਂ ਇੱਥੇ ਖੜਾ. ਚਲੋ 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 ਕੀਪਿੰਗ, ਮੈਂ ਜਾਂਦਾ ਤੁਸੀਂ ਜਾਓ ਯਾਰ. ਫਿਰ ਧੋਨੀ ਨਾ ਸਮਝੀ ਆਪਣੇ ਆਪ ਨੂੰ, ਪਾਣੀ ਪਿੱਛੇ ਕਰ. ਆਹੋ ਸੁਣ ਲੈ ਮੇਰੀ ਗੱਲ. ਚਲੋ ਚਲ ਜੋਨ ਭਾਈ, ਪਹਿਲੀ ਬੋਲ ਜੋਨ ਭਾਈ ਦੀ. ਚਲੋ 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 ਭਾਈ, ਰਗੜੋ ਰਗੜੋ ਵੀ ਬੋਲ ਰਗੜੋ. ਹਾਂ ਆਊਟ ਨਹੀਂ ਹੈਗਾ, ਆਊਟ ਹੈ, ਛੇ ਬੋਲਾਂ. ਚਲੋ ਯਾ ਪਹਿਲੀ ਬੋਲ ਤਾਂ ਆਊਟ ਹੋਣਾ ਜਿਹੜਾ ਬੰਦਾ.
ਆਹੋ ਓ ਐ ਚਨੋਤੀ ਦੇ ਦੇ ਅਰਜ ਇੱਧਰ ਆਹੋ ਓਈ ਓਈ ਓ ਚਨੋਤੀ ਉਧਰ ਵੀ ਯਾ ਓ ਰਾਈਟ ਆਮ ਬੱਟਾ ਸਲੋ ਬੱਟਾ ਸਲੋ ਚੱਲ ਭਰਾ ਕਰਾ ਬੋਲ ਭਰਾ ਬੋਲ ਆ ਵੱਟਾ ਨੀ ਆ ਆਊਟ ਇੱਕ ਬੋਲ ਹੀ ਲੱਗਣ ਨੀ ਇੱਕ 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 ਵੀ ਕਿੰਨੀ ਖੁਸ਼ੀ ਮੈਨੂੰ ਛੱਕਾ ਪਿਆ ਮੈਨੂੰ ਕਿੰਨੀ ਖੁਸ਼ੀ ਬੀਤੀ ਕਰਾਤੀ ਮੇਰੀ ਬੀਤੀ ਇੱਕ ਸਕੋਰ ਨਹੀਂ ਖਾਧੀ ਮੈਂ ਪਿਛਲੇ ਓਵਰ 'ਚ ਲਾਸਟ ਬੋਲ ਹਰਸ਼ ਚੈਲੰਜ ਹੋ ਗਿਆ ਜੀ ਭਾਜੀ ਗੱਲ ਹੀ ਚੈਲੰਜ ਸੀ ਨਹੀਂ ਕਰ ਪਾਇਆ ਮੰਨਦੇ ਫਿਰ ਹੁਣ ਮੇਰੀ ਵਾਰੀ ਜੋਨ ਭਾਈ ਕਰਨ ਲੱਗੇ ਬੋਲੀ ਜੋਨ ਭਾਈ ਪਹਿਲੀ ਬੋਲ ਤੇ ਹਿੱਟ ਹੈ ਚੌਕਾ ਤੇ ਮਤਲਬ ਕਿ ਆਲਮੋਸਟ ਚੌਕਾ ਹੋ ਗਿਆ ਪਰ ਥੋੜਾ ਪਿੱਛੇ ਰਹਿ ਗਿਆ ਮੈਂ ਕਹਿ ਰਿਹਾ ਨਹੀਂ ਹੋਇਆ ਆਲਮੋਸਟ ਥੋੜਾ ਪਿੱਛੇ ਰਹਿ ਗਿਆ ਪਰ ਮਤਲਬ ਕਿ ਮੈਨੂੰ ਆਪਣੇ ਆਪ ਤੇ ਬਹੁਤ ਮਾਣ ਹੋ ਰਿਹਾ ਕਿ ਮੈਂ ਪਹਿਲੀ ਬੋਲ ਖੇਡ ਲਈ ਟਾਈਮ ਰੀਪਲੇ ਥਰਡ ਅੰਪਾਇਰ ਨੂੰ ਸੱਦਿਆ ਗਿਆ ਆ ਲੱਤਾਂ ਲੜ ਗਈਆਂ ਨੇ ਥਰਡ ਅੰਪਾਇਰ ਦੀਆਂ ਲੱਤਾਂ ਥਰਡ ਅੰਪਾਇਰ ਵੇਖੋ ਹਾਂ ਕੋਈ ਨਹੀਂ ਲੱਗੇਗੀ ਰੁਕੋ ਰੁਕੋ ਹਰਸ਼ ਵੇਖੋ ਮੇਰੇ ਨਾਲ ਲੱਗੇ ਲੱਗੇ ਹਰਸ਼ ਨਹੀਂ ਆ ਰੁਕੋ ਕੱਲੇ ਕੱਲੇ ਦੱਸੋ ਦੱਸੋ ਲਾ ਮੈਂ ਲਾ ਦੇ ਰੁਕੋ ਰੁਕੋ ਆ ਵੇਖੋ ਕੱਲੇ ਕੱਲੇ ਫਰੇਮ ਆ ਵੇਖੋ ਕੱਲਾ ਕੱਲਾ ਫਰੇਮ ਆ ਵੇਖ ਲਓ ਹੁਣ ਪੌਜ਼ ਕਰਕੇ ਚਲਾ ਹਾਂ ਵੇਖੋ ਪੌਜ਼ ਵੇਖੋ 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 ਬਾਰਿਸ਼ ਕਰਕੇ ਪਿੱਚ ਬਹੁਤ ਹੀ ਵੈਟ ਹੋਈ ਹੋਈ ਅੱਜ ਨਹੀਂ ਵਧੀਆ ਭਾਈ ਮੈਂ ਇਹ ਤੋਂ ਪਹਿਲਾਂ ਹਰ ਚੀਜ਼ ਤਿਆਰ ਹੋਣੀ ਚਾਹੀਦੀ ਚਲੋ ਉਹ ਭਰਾ ਛਡਾਓ ਲੜੇ ਲੱਗੇ ਪਲੇਅਰ ਛਡਾਓ ਛਡਾਓ ਬੋਲ ਬਹੁਤ ਹੀ ਦੂਰ ਚਲ ਗਈ ਹੋਈ ਆ ਉਹ ਦੇਖੋ ਵਿੱਚ ਮੈਚ ਰੱਦ ਕਰਨਾ ਪੈ ਰਿਹਾ ਨਹੀਂ ਖੇਡਣਾ ਹਰਜਾ ਬੋਲ ਗਿਆ ਆ ਵੇਲਾ ਇਹਨੂੰ ਆਪਾਂ ਬੈਟਿੰਗ ਦੇਣੀ ਬੈਟਿੰਗ ਦੇਣੀ ਵੇਲਾ ਗਿਆ ਹੁਣ ਸਾਡਾ ਹਰਸ਼ ਭਰਾ ਜਾਏਗਾ ਬੋਲ ਲੈਣ ਵਾਸਤੇ ਕਿਉਂਕਿ ਇਹ ਬੋਲ ਹਰਸ਼ ਦੀ ਆ ਤਾਂ ਕਰਕੇ ਚੱਲਾ ਤਾਂ ਚੱਲਾ ਇੰਨੀ ਦਿਨ ਨਹੀਂ ਜਾਣਾ ਭਰਾ
ਭਾਈ ਬੈਟ ਫੜ ਕੇ ਭੱਜੋ ਮੈਂ ਕਹਿ ਰਿਹਾ ਪਲੇਅਰ ਤਿਆਰ ਨਹੀਂ ਭਾਈ ਘਰ ਬਣਾ ਦੂੰ ਉਹ ਜਾ ਘਰ ਬਣਾ ਦੇ ਮੈਂ ਕਿੱਥੇ ਚੱਲ ਜਸ ਇਹ ਮੇਰੇ ਨਾਲ ਰੋਂਦੀ ਖੇਡੀ ਜਸ ਪਹਿਲੀ ਬੋਲ ਤੇ ਆਊਟ ਹੋਊਗਾ ਹਾਂ ਪੱਕਾ ਤੂਰੇ ਰੋਕ ਲਿਆ ਕਰਕੇ ਨਹੀਂ ਜਸ ਨੇ ਸਿਕਸ ਬਹੁਤ ਸੋਹਣਾ ਮਾਰਿਆ ਬਹੁਤ ਸੋਹਣਾ ਜਸ ਥੈਂਕ ਯੂ ਵੈਲ ਡਨ ਚਲੋ ਖੇਡੀ ਤਾਂ ਨੀ ਨਾ ਗਈ ਖੇਡੀ ਤਾਂ ਨੀ ਨਾ ਗਈ ਖੇਡੀ ਤਾਂ ਨੀ ਨਾ ਗਈ ਭਾਈ ਥੁੱਕ ਸੁੱਟਤੀ ਜੇ ਬਸ ਗੰਦੀ ਵਾਲੀ ਚਿੰਗਲ ਵੀ ਸੁੱਟਤੀ ਮੈਂ ਨਾਲ ਇੱਥੇ ਤੂੰ ਇੱਥੇ ਬੋਲ ਪਾਈ ਥੱਪਾ ਇੱਥੇ ਪਏਗਾ ਵੇਖੋ ਇੱਥੇ ਹੀ ਭਾਈ ਉੱਥੇ ਥੱਪਾ ਤੁਹਾਨੂੰ ਪਹਿਲੇ ਦੱਸਤਾ ਇੱਥੇ ਬੈਣਾ ਜੇ ਤੁਹਾਨੂੰ ਦੱਸਤਾ ਪਹਿਲੇ ਠੀਕ ਆ ਜਾ ਹੀ ਉਹਨੂੰ ਉੱਥੇ ਬਹੂਗਾ ਮੈਂ ਕਿਹਾ ਥੋੜ੍ਹਾ ਯੂਜ਼ ਹੋ ਜਾਣਾ ਹਨਾ ਸਮਝੋ ਸਾ ਬੈਟਰੀ ਨਵਾਂ ਬੈਠਾ ਤਾਂ ਕਰਕੇ ਇਹਦੀ ਗ੍ਰਿਪ ਬਹੁਤ ਵਧੀਆ ਤੇ ਕਸ਼ਮੀਰੀ ਲੱਕੜ ਦਾ ਬਣਿਆ ਹੋਇਆ ਤਾਂ ਕਰਕੇ ਬੜਾ ਸ਼ੋਟ ਗ੍ਰੇਟ ਬੜੀ ਸਟ੍ਰੇਟ ਦਾ ਛੱਕਾ ਨੀ ਭਈਆ ਤੇ ਆਪਾਂ ਆਊਟ ਦੇ ਦਈਏ ਚਲੋ ਆਪਾਂ ਆਊਟ ਭਈਆ ਤੇ ਆਪਾਂ ਆਊਟ ਦੇ ਦਈਏ ਚਲੋ ਪੰਜਵੀਂ ਖੜਾ ਦਈਏ ਕਹਿੰਦੇ ਛੱਕਾ ਭਾਵੇਂ ਨਾ ਮੰਨੋ ਯਾਰ ਇਟਸ ਆਊਟ ਆਊਟ ਨੀ ਰੱਖਿਆ ਭਾਈ ਪਹਿਲਾਂ ਕਹੋ ਛੱਕਾ ਨਹੀਂ ਤਾਂ ਆਪਾਂ ਬੈਟਿੰਗ ਲੈਣੀ ਪਹਿਲਾਂ ਕਹੋ ਛੱਕਾ ਨਹੀਂ ਪਹਿਲਾਂ ਕਹੋ ਛੱਕਾ ਨਹੀਂ ਚਲੋ ਲੈ ਭਾਈ ਤੁਸੀਂ ਜਿੰਨੀ ਮਰਜ਼ੀ ਕਰੋ ਵਾਟ ਆਰ ਯੂ ਡੂਇੰਗ ਹੇਅਰ ਬ੍ਰੋ ਵੈਲ ਪਲੇਡ ਹਾਂਜੀ ਨਹੀਂ ਓਦਾਂ ਹੀ ਗਣਾ ਦੋ ਨਹੀਂ ਵਾਈਡ ਨੀ ਨਾ ਗਣਾਉਣੀ ਆ ਤੁਸੀਂ ਬਾਲ ਫੜੋ ਇੱਕ ਬਾਲ ਪਈ ਸਿੱਧੀ ਪਈ ਪਈ ਆ ਨਹੀਂ ਪਈ ਹੋ ਗਈ ਛੇ ਯਾਰ ਤੀਜੀ ਤੇ ਮੈਂ ਆ ਮਾਰੀ ਤੇ ਦੋ ਮੈਂ ਇੱਥੇ ਖੇਡੀਆਂ ਇੱਕ ਤੇ ਆਊਟ ਹੋਇਆ ਸੋ ਮੈਂ ਜਸ ਨੂੰ ਮਿਲੇਗਾ ਕਿ ਜੋ ਪੈਨ ਮਿਲੇਗਾ ਇਹ ਹੁਣ ਇਹ ਆਖਰੀ ਬਾਲ ਨਹੀਂ ਚੋਗਾ ਨਹੀਂ ਹੋਇਆ ਚੋਗਾ ਨਹੀਂ ਹੋਇਆ ਹਲੇ ਆਖਰੀ ਬਾਲ ਡਿਸਾਈਡ ਕਰੇਗੀ ਪਈ ਪ੍ਰਾਂ ਦੱਸ ਹੋ ਗਈ ਆ ਪਈ ਮੇਰਾ ਓਲਾ ਚੋਗਾ ਫਿਰ ਤੇ ਗਿਣਿਆ ਨਹੀਂ 20 ਹੋਈ ਫਿਰ ਤੇ ਮੇਰੀ ਸੋ ਡਿਸਾਈਡ ਕਰੇਗੀ ਆ ਬਾਲ ਮੈਨੂੰ ਬਾਲਾਂ ਦੇ ਬਾਲ ਬੋਲ ਮੈਂ ਆਵਾਂ ਨਾ ਭਾਈ ਖਿੱਚ ਕੇ
ਉਹ ਕੀ ਪਾਇਆ ਫਿਰ ਬਾਲ ਇੰਨੀ ਸਲੋ ਬੋਲ ਪਾਈ ਸੰਧੂ ਸਾਹਿਬ ਸੋ ਅਵਾਰਡ ਦੇ ਹੋਏ ਅਵਾਰਡ ਦੇ ਹੋਏ ਸੋ ਸਾਡੇ ਮੈਚ ਦਾ ਮੈਨ ਆਫ ਦਾ ਮੈਚ ਹੈਗਾ ਜਸ 6-4 ਛੱਕੇ ਮਾਰੇ ਦੂਜੇ ਨੰਬਰ ਤੇ ਮੈਂ ਸਾਲਿਆ ਸਾਡੇ ਕਰਕੇ ਹਨਾ ਸੋ ਕਿੰਨਾ ਪਿਆਰ ਕਰ ਰਹੇ ਤੁਸੀਂ ਹਨਾ ਕਿੰਨਾ ਪਿਆਰ ਕਰ ਰਹੇ ਕਿੰਨਾ ਚਲ ਹੁਣ ਦੱਸ ਯਾਰ ਇਹਦਾ ਕੀ ਖਾਸੀਅਤ ਬੈਟ ਜਸ ਦੱਸੂਗਾ ਜਸ ਨੇ ਤਿੰਨ ਛੱਕੇ ਮਾਰੇ ਨਾ ਆ ਯਾ ਜਸ ਤੈਨੂੰ ਕੀ ਵਧੀਆ ਲੱਗਾ ਇਹਦੇ ਵਿੱਚ ਹਨਾ ਜਸ ਦਾ ਪਹਿਲਾਂ ਆਪਾਂ ਓਪੀਨੀਅਨ ਸੁਣਦੇ ਆ ਹਾਂ ਨਹੀਂ ਬੈਟ ਸੀ ਬਹੁਤ ਵਧੀਆ ਹੈਗਾ ਇਹਨੂੰ ਤੁਸੀਂ ਸ਼ੁਰੂ ਤੋਂ ਇਹਦੀ 6 ਵੇਖੋਗੇ ਨਾ ਬਿਲਕੁਲ ਸਿੱਧਾ ਜਾ ਰਿਹਾ ਬਿਲਕੁਲ ਫਲੈਟ ਓਕੇ ਸਰ ਹੈਂਡਮੇਡ ਬੈਟਾਂ ਦੇ ਵਿੱਚ ਵੀ ਅੱਜ ਕੱਲ੍ਹ ਇਹ ਵਾਲੀ ਸ਼ੇਪ ਨਹੀਂ ਆਉਂਦੀ ਪਰ ਇਹਨੂੰ ਸਿੱਧਾ ਵੇਖੋ ਬਿਲਕੁਲ ਸਿੱਧਾ ਜਾ ਰਿਹਾ ਸ਼ੇਪ ਇੱਧਰੋਂ ਵੀ ਬਿਲਕੁਲ ਸਟੇਟ ਜਾ ਰਹੀ ਬਿਲਕੁਲ ਲੱਕੜ ਵੀ ਦੇਖੋ ਬਿਲਕੁਲ ਸਮੂਥ ਗਈ ਯਾਰ ਜਦੋਂ ਇਹਦੀ ਸਟੋਕ ਬਣ ਗਈ ਤੇ ਸੱਚੀ ਇਸ ਤਰ੍ਹਾਂ ਛੱਕੇ ਮਾਰੇ ਹੋਰ ਲੰਮੇ ਲੰਮੇ ਮਲੀ ਜਿਵੇਂ ਇੱਕ ਫਿਲਮ ਨਹੀਂ ਹੈਗੀ ਚਾਨਗੁਲੀ ਜੀ ਮੈਨਗੁਲੀ ਆਹੋ ਉਹ ਵਾਲਾ ਬੈਟ ਬਣ ਸਕਦਾ ਹਨਾ ਤੇ ਗ੍ਰਿਪ ਵੀ ਦੇਖੋ ਉੱਤੇ ਐ ਪੂਰੀ ਚੜੀ ਹੋਈ ਸਾਰੀ ਹਾਂ ਅਕਸਰ ਕਈ ਬੈਟਾਂ ਸਾਨੂੰ ਨਹੀਂ ਵੇਖਣ ਨੂੰ ਮਿਲਦੀਆਂ ਨੂੰ ਪੈਸੇ ਹਾਂ ਯਾਰ ਮੈਂ ਕਹੀ ਬੈਟ ਨਹੀਂ ਵੇਖੀ ਮੈਂ ਕਹੀ ਬੈਟ ਨਹੀਂ ਵੇਖੀ ਪੈਸੇ ਖਰਚ ਕੇ ਲਵਾਉਣੀ ਪੈਂਦੀ ਪਰ ਇਹਨੂੰ ਪਹਿਲਾਂ ਹੀ ਲੱਗੀ ਨਾਲ ਤੇ ਸ਼ਾਇਦ ਇਹਦਾ ਜਿਹੜੀ ਆ ਗ੍ਰਿਪ ਹਨਾ ਇਹ ਮਤਲਬ ਇਹਨਾਂ ਦੱਸੋ ਸਰ ਇਹ ਤੁਹਾਨੂੰ ਚੀਮੇਂ ਚੀ ਤੇ ਦੱਸੇ ਨਹੀਂ ਹੱਥ 'ਚ ਪਸੀਨਾ ਵੀ ਹੋਵੇ ਨਾ ਫਿਰ ਹੀ ਮਤਲਬ ਪਕੜ ਵਧੀਆ ਵੱਜਦੀ ਹਨਾ ਜੇ ਕਿਸੇ ਨੇ ਬਾਏ ਕਰਨਾ ਹਨਾ ਤੇ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਆ ਤੇ ਨਾਲ ਮੇਰਾ ਕੋਡ ਆ ਤੇ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਏਗਾ ਤੇ ਬੈਟ ਜਿਹੜੇ ਮਤਲਬ ਕ੍ਰਿਕਟ ਖੇਡਦੇ ਆ ਹਨਾ ਟਾਈਮ ਪਾਸ ਕਰਨ ਲਈ ਜਾਂ ਜਿੱਦਾਂ ਪ੍ਰੋਫੈਸ਼ਨ ਖੇਡਦੇ ਆ ਉਹ ਬੈਟ ਬਹੁਤ ਵਧੀਆ ਜਾ ਕੇ ਬਾਏ ਕਰੋ ਤੇ ਖੇਡੋ ਤੇ ਹੁਣ ਬਹੁਤ ਜ਼ਿਆਦਾ ਗਰਮੀ ਹਨਾ ਫੇਸ ਆ ਦੇਖੋ ਪਸੀਨਾ ਆ ਗਿਆ ਹੁਣ ਮੂੰਹ ਧੋਵਾਂਗੇ ਤੇ ਥੋੜ੍ਹਾ ਜਿਹਾ ਫਰੈਸ਼ ਹੋਵਾਂਗੇ ਤੇ ਫਿਰ ਅਸੀਂ ਕਰਾਂਗੇ ਫੋਟੋ ਸ਼ੂਟ ਡਨ ਸੋ ਸਭ ਤੋਂ ਪਹਿਲਾਂ ਮੂੰਹ ਧੋਈਏ ਯਾਰ ਬਹੁਤ ਜ਼ਿਆਦਾ ਥੱਕ ਗਏ ਆ ਚਲੋ ਸੋ ਫਾਈਨਲੀ ਸਨ ਢਲ ਚੁੱਕਿਆ ਤੇ ਸ਼ਾਮਾਂ ਪੈ ਗਈਆਂ ਤੇ ਘਰ ਜਾਣ ਦਾ ਟਾਈਮ ਆ ਗਿਆ ਹੋਇਆ ਕਿਉਂਕਿ ਜੋਨ ਭਾਈ ਨੂੰ ਵੀ ਕੋਲ ਆ ਗਈ ਕਿ ਉਹਨਾਂ ਡਿਊਟੀ ਲੱਗੀ ਤੇ ਬਾਕੀ ਸਾਰੇ ਵੀ ਹਨੇਰਾ ਹੋ ਗਿਆ ਹੁਣ ਘਰ ਜਾਣ ਦਾ ਟਾਈਮ ਆ ਗਿਆ ਸੋ ਜੇ ਵਲੌਗ ਨੂੰ ਇੰਜੋਏ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਜੇ ਕਿਸੇ ਨੇ ਬੈਟ ਪਰਚੇਜ਼ ਕਰਨਾ ਹੈ ਤੇ ਡਿਸਕ੍ਰਿਪਸ਼ਨ ਵਿੱਚ ਲਿੰਕ ਆ ਗੋ ਐਂਡ ਪਰਚੇਜ਼ ਇਟ ਐਂਡ ਜਿੰਨੇ ਮੋਬਾਈਲ ਦੀਆਂ ਸਕਿਨਸ ਵੀ ਪਰਚੇਜ਼ ਕਰਨੀਆਂ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਸੋ ਗੋ ਪਰਚੇਜ਼ ਕਰੋ ਆਪਣੇ ਫੋਨ ਨੂੰ ਟੋਰੀ ਬਣਾਓ ਘੈਂਟ ਬਣਾਓ ਅਤੇ ਬੈਟ ਖਰੀਦੋ ਅਤੇ ਕ੍ਰਿਕਟ ਖੇਡੋ ਅਤੇ ਆਪਣੀ ਹੈਲਥ ਨੂੰ ਮਤਲਬ ਕਿ ਮੇਨਟੇਨ ਰੱਖੋ ਅਤੇ ਮਿਲਦੇ ਹਾਂ ਅਗਲੇ ਵਲੌਗ 'ਚ ਬਾਏ ਟੇਕ ਕੇਅਰ